ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਤਾਂ ਹੁਣ ਮੈਂ ਕੀ ਕਰਾਂ ਬਾਹਰ ਜਾਣਾ ਪੈਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੰਜੀਤ ਸਿੰਘ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਵਲੌਗ ਦੇ ਵਿੱਚ ਪਹਿਲਾਂ ਤਾਂ ਜੀ ਬਹੁਤ ਬਹੁਤ ਕੰਗਰੈਚੁਲੇਸ਼ਨ ਕਰਿਓ ਮੈਨੂੰ ਕਿਉਂਕਿ ਅੱਜ ਮੇਰੀਆਂ ਦੋ ਤਿੰਨ ਕਲਾਸਾਂ ਹੁੰਦੀਆਂ ਹੈ ਮੰਡੇ ਅੱਜ ਮੋਰਨਿੰਗ 9 ਤੋਂ 12 3 ਤੋਂ 6 7 ਤੋਂ 10 9 ਤੋਂ 12 ਕੈਂਸਲ 3 ਤੋਂ 6 ਕੈਂਸਲ ਐਨ ਵਧੀਆ ਸਵੇਰੇ ਕੰਮ ਤੋਂ ਘਰ ਆ ਕੇ ਸੁੱਤੇ ਹਾਂ ਹੁਣ ਸ਼ਾਮ ਦੇ ਸ਼ਾਇਦ ਕਿੰਨੇ ਵੱਜ ਰਹੇ ਹੋਗੇ 5:30 ਵੱਜਣ ਵਾਲੇ ਆ ਅਤੇ ਮੈਂ ਹੁਣ 5 ਵਜੇ ਉੱਠਿਆ ਸੀ ਐਂਡ ਮੈਂ ਸੋਚਿਆ ਕਿਉਂ ਨਾ ਜੇ ਅੱਜ ਆਪਣੇ ਕੋਲ ਜ਼ਿਆਦਾ ਟਾਈਮ ਹੈਗਾ ਆ ਅਤੇ ਆਪਾਂ ਵਲੌਗ ਬਣਾ ਕੇ ਤੁਹਾਨੂੰ ਵੀ ਕਿਵੇਂ ਮੈਂ ਬੱਸ 'ਚ ਟਰੈਵਲ ਕਰਦਾ ਹਾਂ ਉਸ ਤੋਂ ਬਾਅਦ ਮੇਰੀ ਕਾਲਜ ਕਹਿੰਦਾ ਰਹਿੰਦਾ ਮੈਂ ਮੇਰੀ ਯੂਨੀਵਰਸਿਟੀ ਆ ਅਤੇ ਉਹ ਦਿਖਾਉਂਦੇ ਆ ਤੁਹਾਨੂੰ ਅੱਜ ਸਾਰਿਆਂ ਨੂੰ ਵੀ ਕਿਵੇਂ ਮੈਂ ਕਾਲਜ ਜਾਂਦਾ ਹਾਂ ਅਫਕੋਰਸ ਬੱਸੇ ਜਾਂਦਾ ਹੈ ਨਾ ਗੱਡੀ ਤਾਂ ਹੈ ਨਹੀਂ ਜੀ ਆਪਣੇ ਕੋਲ ਐਂਡ ਉਸ ਤੋਂ ਇਲਾਵਾ ਤੁਹਾਨੂੰ ਦਿਖਾਵਾਂਗੇ ਡਾਊਨ ਟਾਊਨ ਬਰੈਂਪਟਨ ਇਸ ਵੇਲੇ ਦਾ ਵਿਊ ਕਿਵੇਂ ਦਾ ਹੈ ਨਾ ਕੱਲ੍ਹ ਸੀਗਾ ਜੀ ਹੈਲੋਵੀਨ ਐਂਡ ਇੱਥੇ ਹੈਲੋਵੀਨ ਬਹੁਤ ਵਧੀਆ ਸਾਰਿਆਂ ਨੇ ਸੈਲੀਬ੍ਰੇਟ ਕੀਤਾ ਸਾਡੇ ਘਰ ਟੀਮ ਇੰਡੀਆ ਦੇ ਕੁਛ ਹੋਣਹਾਰ ਪਲੇਅਰਸ ਵੀ ਆਏ ਸੀਗੇ ਅਤੇ ਬਥੇਰੇ ਅੱਤ ਅੱਤ ਹੈ ਨਾ ਜਨਤਾ ਬਾਹਲਾ ਹੀ ਸਿਰਾ ਲਾਉਂਦੀ ਆਪਣੇ ਤੁਸੀਂ ਇੰਸਟਾਗ੍ਰਾਮ 'ਤੇ ਪੇਜਿਸ ਦੇ ਉੱਤੇ ਦੇਖ ਸਕਦੇ ਹਾਂ ਬਹੁਤ ਵਧੀਆ ਸੀਗਾ ਐਂਡ ਆਪਣੇ ਪੰਜਾਬੀ ਵੀ ਬਹੁਤ ਇੰਜੋਏ ਕਰਦੇ ਆ ਹੈਲੋਵੀਨ ਹੈ ਨਾ ਲੋਹੜੀ ਵਾਲਾ ਹਿਸਾਬ ਹੀ ਆ ਇੰਡੀਆ 'ਚ ਲੋਹੜੀ ਮੰਗਦੇ ਇੱਥੇ ਗੋਰੇ ਹੈਲੋਵੀਨ ਮੰਗਦੇ ਮੈਂ ਰੈਡੀ ਹੋਣ ਲੱਗਾ ਹਾਂ ਪਹਿਲਾਂ ਖਾਣਾ ਖਾ ਲਈਏ ਐਂਡ ਉਸ ਤੋਂ ਇਲਾਵਾ ਅੱਜ ਇੱਕ ਖਾਸ ਗੱਲ ਇਹ ਹੈ ਕਿ ਜਿਵੇਂ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਜਿਹੜਾ 1984 ਦੇ ਵਿੱਚ ਆਪਣੇ ਸਿੱਖਾਂ ਦੇ ਨਾਲ ਹੋਇਆ ਸੀਗਾ ਹੈ ਨਾ ਉਹ ਸਾਰਾ ਕੁਛ ਆਪਣੇ ਲਈ ਬਹੁਤ ਮਾੜਾ ਹੈ ਅਤੇ ਇਹ ਉਹ ਵੀਕ ਅੱਜ ਸਟਾਰਟ ਹੋਇਆ ਯਾਨੀ ਕਿ 1 ਨਵੰਬਰ ਸੋ ਅੱਜ ਦੇ ਦਿਨ ਜਿਹੜਾ ਉੱਥੇ ਡਾਊਨ ਟਾਊਨ ਬਰੈਂਪਟਨ ਦੇ ਵਿੱਚ ਸਿਟੀ ਹਾਲ ਆ ਮੇਰੀ ਯੂਨੀਵਰਸਿਟੀ ਦੇ ਬਿਲਕੁਲ ਓਪੋਜ਼ਿਟ ਸਾਈਡ 'ਤੇ ਆ ਉੱਥੇ ਆਪਣਾ ਗੇਜ ਪਾਰਕ ਵੀ ਉੱਥੇ ਆ ਉੱਥੇ ਉਹਨਾਂ ਨੇ ਜਿਹੜਾ ਉਹਨਾਂ ਦਾ ਕਲੋਕ ਟਾਵਰ ਆ ਨਾ ਉਸਨੂੰ ਔਰੇਂਜ ਕਲਰ 'ਚ ਲਿਟ ਕਰਨਾ ਆ ਉਹਦੀ ਜਿਹੜੀ ਕਲੋਕ ਆ ਅਤੇ ਪੂਰਾ ਇੱਕ ਪੋਲ ਜਿਹਾ ਆ ਜਿੱਦਾਂ ਬਹੁਤ ਵਧੀਆ ਗੱਲ ਆ ਮੇ ਬੀ ਅੱਗੇ ਵੀ ਹੁੰਦਾ ਹੋਊਗਾ ਮੈਨੂੰ ਇਸ ਬਾਰੇ ਨਹੀਂ ਪਤਾ ਸ਼ਾਇਦ ਜਾਂ ਫਸਟ ਟਾਈਮ ਹੋਊਗਾ ਆਪਣੇ ਲਈ ਤਾਂ ਨਿਊ ਆ ਇਹ ਚੀਜ਼ ਤਾਂ ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ ਅੱਜ 1 ਤਰੀਕ ਹੋ ਗਈ ਜਾਂ 4 ਨੂੰ ਦੀਵਾਲੀ ਆ ਅਤੇ ਇਹ ਫਸਟ ਦੀਵਾਲੀ ਹੋਊਗੀ ਜਿਸ 'ਤੇ ਮੈਨੂੰ ਛੁੱਟੀ ਆ ਜੀ ਸੋ ਬਹੁਤ ਬਹੁਤ ਵਧਾਈਆਂ ਇਹਦੀਆਂ ਵੀ ਦਿਓ ਮੈਨੂੰ ਮੇਰੀ 2 ਸਾਲ ਦੀ 2 ਦੀਵਾਲੀਆਂ ਹੋਈਆਂ ਮੇਰੀ ਅੱਜ ਤੱਕ ਕੈਨੇਡਾ 'ਚ 2019 ਦੀ 2020 ਦੀ ਹਾਂ 2 ਦੀਵਾਲੀਆਂ ਔਰ ਦੋਨਾਂ 'ਤੇ ਮੈਂ ਕੰਮ 'ਤੇ ਸੀਗਾ ਈਵਨਿੰਗ ਸ਼ਿਫਟ ਸੀਗੀ ਮੇਰੀ ਕਦੀ ਮੈਂ ਦੀਵਾਲੀ ਲਾਈਕ ਪ੍ਰੋਪਰਲੀ ਮਨਾਈ ਨਹੀਂ ਜਿਹਦੀ ਇੱਕ ਹੋਰ ਗੱਲ ਜਿਹੜੀ ਵਧੀਆ ਹੈ ਉਹ ਇਹ ਆ ਕਿ ਘਰ ਅੱਜ ਚੌਲ ਅਤੇ ਸਾਂਬਰ ਬਣਿਆ ਹੋਇਆ ਅਤੇ ਇਹ ਦੋਨੋਂ ਮੇਰਾ ਫੇਵਰੇਟ ਆ ਘਰ ਮੇ ਕੋਈ ਹੈ ਫਿਰ ਮੈਨੂੰ ਲੱਗਾ ਆਪ ਹੀ ਹੋਊਗੇ ਅਗਰ ਹਨੇਰਾ ਹੋ ਚੁੱਕਿਆ ਜੀ ਆਲਮੋਸਟ 6:30 ਹੋ ਗਿਆ ਆਪਾਂ ਲੇਟ ਆ ਥੋੜ੍ਹਾ ਚਿਰ ਐਂਡ ਪ੍ਰੈਸਟੋ ਦਾ ਬੈਲੈਂਸ ਚੈੱਕ ਕਰਦੇ ਹੋਏ ਅਤੇ ਇੰਨੇ ਕੁ ਵਜੇ ਆ ਰਿਚਾਰਜ ਕਰਨਾ ਪੈਣਾ ਰੋਡ ਫੰਡਸ $10 ਹੀ ਪਾਉਂਦੇ ਹਾਂ ਬਹੁਤਾ ਫਿਰ ਅਗਲੇ ਹਫ਼ਤੇ ਜਾਣਾ ਬਾਈ ਨਾਓ ਆਹ ਦੇਖੋ ਇਸ ਫੀਚਰ ਦੀ ਮੈਂ ਗੱਲ ਕਰ ਰਿਹਾ ਸੀ ਕਿ ਲੋਡ ਨਾਓ ਵਾਲਾ ਫੀਚਰ ਇਹਦੇ ਵਿੱਚ ਕੀ ਹੁੰਦਾ ਆ ਮੈਂ ਲੋਡ ਨਾਓ 'ਤੇ ਕਲਿੱਕ ਕੀਤਾ NFC ਇਨੇਬਲ ਕਰਨੀ ਆ ਫੋਨ ਦੇ ਥਰੂ ਹੀ ਆਪਣਾ ਪ੍ਰੈਸਟੋ ਕਾਰਡ ਰਿਚਾਰਜ ਕਰ ਲੈਣਾ ਆ NFC ਇਨੇਬਲ ਲੋਡ ਯੋਰ ਪ੍ਰੈਸਟੋ ਕਾਰਡ ਹੈ ਨਾ ਆਪਾਂ ਕਰਦੇ ਹਾਂ ਪਹਿਲਾਂ ਪ੍ਰੈਸਟੋ ਕਾਰਡ ਪੜ ਲਿਆ ਔਰ ਉਹ ਲੋਡ ਹੋਣ ਲੱਗ ਪਿਆ ਆਹ ਦੇਖੋ ਔਰ ਉਹ ਲੋਡ ਹੋ ਚੁੱਕਾ ਆ ਚੀਜ਼ ਮੈਂ ਸਾਰਿਆਂ ਨੂੰ ਕਹਿੰਦਾ ਹੁੰਦਾ ਕਿ ਪ੍ਰੈਸਟੋ ਕਾਰਡ ਐਵੇਂ ਆਪਾਂ ਸ਼ੋਪਰ ਦੇ ਭੱਜਦੇ ਹਾਂ ਆਪਾਂ ਟਰਮੀਨਲ ਭੱਜੀਦਾ ਆ ਰਿਚਾਰਜ ਕਰਨ ਨੂੰ ਉਹਦੀ ਜਗ੍ਹਾ ਸਿੰਪਲ ਜਿਹਾ ਕੰਮ ਆ ਆਪਣਾ ਫੋਨ ਚੱਕੋ ਜੇ ਤੁਹਾਡਾ ਲੇਟੈਸਟ ਕੋਈ ਆਈਫੋਨ ਆ ਸੈਮਸੰਗ ਦਾ ਲੇਟੈਸਟ ਫੋਨ ਆ ਅਤੇ NFC ਪੇਮੈਂਟ ਕਰਕੇ ਚੀਜ਼ ਆ ਸੈਮਸੰਗ ਦੇ ਵਿੱਚ ਤੁਹਾਨੂੰ ਆਈਫੋਨ 'ਚ ਨਹੀਂ ਪਤਾ ਐਗਜੈਕਟਲੀ ਕੀ ਚੀਜ਼ ਆ ਐਂਡ ਉਸੇ ਵੇਲੇ ਰਿਚਾਰਜ ਕਰ ਸਕਦੇ ਉੱਧਰ ਆ ਜੀ ਬਰੈਂਪਟਨ ਲਾਈਬ੍ਰੇਰੀ ਮੈਂ ਤੁਹਾਨੂੰ ਇੱਧਰੋਂ ਲੈ ਕੇ ਚੱਲਦਾ ਕਿਉਂਕਿ ਪਟਾਕੇ ਦਿਖਾਉਂਦੇ ਤੁਹਾਨੂੰ ਐਤਕੀ ਬਹੁਤ ਸੋਹਣੇ ਪਟਾਕੇ ਲੱਗੇ ਹੋਏ ਆ ਫੋਲ ਆ ਚੁੱਕਾ ਹੈ ਜੀ ਕਾਫੀ ਚਿਰ ਤੋਂ ਦੇਖ ਲਓ ਤੁਸੀਂ ਪਿੱਛੇ ਰੋਡ ਭੱਜ ਕੇ ਪਾਰ ਕਰ ਲਈਏ ਬਰੈਂਪਟਨ ਲਾਈਬ੍ਰੇਰੀ ਕੋਵਿਡ ਕਰਕੇ ਕਿੰਨਾ ਚਿਰ ਬੰਦ ਰਹੀ ਸੀ ਪਰ ਹੁਣ ਖੁੱਲ੍ਹ ਚੁੱਕੀ ਹੈ ਐਂਡ ਬਹੁਤ ਵਧੀਆ ਜਗ੍ਹਾ ਹੈ ਪੜ੍ਹਨ ਦੇ ਲਈ ਸੋ ਇਹ ਆ ਚੁੱਕਿਆ ਜੀ ਆਪਣਾ 15 ਨੰਬਰ ਵਾਲਾ ਸਟੋਪ ਬ੍ਰੈਵਲੀ ਸਿਟੀ ਸੈਂਟਰ ਵਾਲੇ ਟਰਮੀਨਲ ਜਾਵਾਂਗੇ ਐਂਡ ਟਰਮੀਨਲ ਤੋਂ 15 ਸਿੱਧਾ ਡਾਊਨ ਟਾਊਨ ਬ੍ਰੈਂਪਟਨ ਸੋ ਠੰਡ ਹੋ ਚੁੱਕੀ ਆ ਜੀ ਆਲਮੋਸਟ ਆਪਾਂ ਥੋੜ੍ਹਾ ਜਿਹਾ ਲੇਟ ਹਾਂ ਪਰ ਰਾਤ ਨੂੰ ਟ੍ਰੈਫਿਕ ਘੱਟ ਹੁੰਦਾ ਆ ਛੇਤੀ ਪਹੁੰਚ ਜਾਵਾਂਗੇ ਮਿਡ ਟਰਮ ਮੇਰੇ ਮੁੱਕ ਚੁੱਕੇ ਆ ਹੁਣ ਆਲਮੋਸਟ 1 ਰਹਿ ਗਿਆ ਬਸ 5 ਸਬਜੈਕਟ ਆ ਆਪਣੇ ਸੋ 4 ਮਿਡ ਟਰਮ ਹੋ ਗਏ 1 ਰਹਿ ਗਿਆ ਐਂਡ ਉੱਧਰੋਂ ਬਸ ਹਜੇ ਨਹੀਂ ਆ ਰਹੀ ਗੱਲ ਚੇਤੇ ਆਈ ਜਦੋਂ ਇੰਡੀਆ 'ਚ ਕਿਤੇ ਇੱਧਰ ਸਾਡੇ ਉਹ ਹੈ ਨਾ ਕਲੀਨਿਕ ਵਗੈਰਾ ਅਤੇ ਇੰਡੀਆ 'ਚ ਕਿਤੇ ਵੀ ਜਦੋਂ ਟੈਸਟ ਟੁਸਟ ਕਰਾਉਂਦੇ ਹੁੰਦੇ ਸੀ ਹੈ ਨਾ ਅਤੇ ਜੇ ਟੈਸਟ ਦੇ ਵਿੱਚੋਂ ਰਿਪੋਰਟਾਂ 'ਚੋਂ ਕੁਛ ਨਾ ਨਿਕਲਣਾ ਹੈ ਨਾ
ਘਰਦਿਆਂ ਨੇ ਸਪੈਸ਼ਲੀ ਥੋੜਾ ਜਿੱਦਾਂ ਆਪਣਾ ਜਿਹੜਾ ਮਾਈਂਡ ਸੈਟ ਉਹ ਹੁੰਦਾ ਨਾ ਵੀ ਸੇਵਿੰਗਸ ਵਾਲਾ ਤੇ ਘਰਦਿਆਂ ਨੇ ਕਹਿਣਾ ਲੈ ਐਵੇਂ ਪੈਸੇ ਬਰਬਾਦ ਕੀਤੇ ਟੈਸਟ ਕਰਾ ਕੇ ਕੁਛ ਆਇਆ ਹੀ ਨਹੀਂ ਹੈ ਨਾ ਮਤਲਬ ਵੀ ਜੇ ਪੈਸੇ ਲਾਏ ਆ ਟੈਸਟ ਕਰਾਇਆ ਆ ਕੋਈ ਸਰੀਰ ਦੇ ਬੋਡੀ ਪਾਰਟ ਦਾ ਜਾਂ ਅੰਦਰ ਇੰਟਰਨਲ ਹੈ ਨਾ ਤਾਂ ਉਹਦੇ ਵਿੱਚ ਕੁਛ ਆਉਣਾ ਜ਼ਰੂਰੀ ਆ ਬਸ ਚੈੱਕ ਕਰਦੇ ਹਾਂ ਕਿ ਕਿੰਨੇ ਵਜੇ ਆ ਰਹੀ ਆ पंद्रह मिनट ऐ करके थोड़ा जे पहले भी आ रही वह भी पता लग जाता होंगे ਹਾਂਜੀ ਡਾਊਨਟਾਊਨ ਬਰੈਂਪਟਨ ਐਂਡ ਇਸ ਵੇਲੇ ਮੈਂ ਮੇਨ ਅਤੇ ਨੈਲਸਨ ਸਟਰੀਟ ਦੇ ਇੰਟਰਸੈਕਸ਼ਨ 'ਤੇ ਖੜ੍ਹਾ ਹਾਂ ਹੁਣੀ ਬੱਸ ਤੋਂ ਉਤਰਿਆ ਸੀਗਾ ਐਂਡ ਹੁਣ ਆਪਾਂ ਚੱਲਦੇ ਹਾਂ ਜੀ ਯੂਨੀਵਰਸਿਟੀ ਵੱਲ ਇੱਥੇ ਮਤਲਬ ਆਹ ਪਿਛਲੀ ਸਟਰੀਟ 'ਤੇ ਬਹੁਤ ਅੱਧਾ ਚੀਜ਼ਾਂ ਹੁੰਦੀਆਂ ਸੀਗੀਆਂ ਕੋਵਿਡ ਕਰਕੇ ਬਹੁਤ ਕੁਛ ਬੰਦ ਹੋ ਗਿਆ ਇੱਕ ਪਾਸਾ ਸੱਭੇ ਸਹਾਰਾ ਬਚਿਆ ਆ ਇੱਕ ਆਪਣੇ ਇੱਥੇ ਪਿੱਛੇ ਤੜਕਾ ਕਿੰਗ ਖੁੱਲ੍ਹ ਰਿਹਾ ਆ ਉਹ ਵੀ ਆਪਣੀ ਜਾਣ ਪਛਾਣ ਵਾਲੀ ਆ ਅਤੇ ਇੱਥੇ ਡਾਊਨਟਾਊਨ ਬਰੈਂਪਟਨ 'ਚ ਸੋ ਜਦੋਂ ਖੁੱਲੂਗਾ ਮੈਂ ਉਹਦੇ ਬਾਰੇ ਵੀ ਦੱਸੂੰਗਾ ਤੁਹਾਨੂੰ ਸਾਰਿਆਂ ਨੂੰ ਐਂਡ ਆਇਆ ਜੀ ਅਲਗੋਮਾ ਯੂਨੀਵਰਸਿਟੀ ਇੱਧਰ ਆਹ ਏਰੀਆ ਬਹੁਤ ਵਧੀਆ ਆ ਤੁਸੀਂ ਗਾਰਡਨ ਸਕੁਆਇਰ ਦੇਖ ਸਕਦੇ ਹਾਂ ਸੋ ਜੋ ਮੈਂ ਗੱਲ ਕਰ ਰਿਹਾ ਸੀਗਾ ਜੀ ਉਹ ਬਿਲਕੁਲ ਆਪਣੇ ਰਾਈਟ ਹੈਂਡ ਸਾਈਡ 'ਤੇ ਆ ਬਸ ਮੈਂ ਉੱਥੇ ਪਹੁੰਚ ਕੇ ਤੁਹਾਨੂੰ ਦਿਖਾਉਂਦਾ ਯਾਰ ਡਾਊਨਟਾਊਨ ਬਰੈਂਪਟਨ ਦੀਆਂ ਸਟਰੀਟਸ ਆ ਤੁਸੀਂ ਦੇਖ ਸਕਦੇ ਹਾਂ ਜਗਮਨ ਜਗਮ ਕਰ ਰਹੀਆਂ ਇਸ ਵੇਲੇ ਸੋਹਣਾ ਲੱਗ ਰਿਹਾ ਵੀਡੀਓ 'ਚ ਕਾਫੀ ਸੋਹਣਾ ਲੱਗਦਾ ਹੁੰਦਾ ਸੋ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਉੱਥੇ ਐਂਡ ਉਹ ਸਾਹਮਣੇ ਉੱਥੇ ਗੇਜ ਪਾਰਕ ਐਂਡ ਆ ਰਿਹਾ ਜੀ ਸਿਟੀ ਹਾਲ ਦਾ ਉਹ ਕਲੋਕ ਟਾਵਰ ਪੂਰਾ ਔਰੇਂਜ ਸੋ ਆਹ ਜੋ ਪਿੱਛੇ ਆ ਜੀ ਮੇਰੇ ਔਰੇਂਜ ਕਲਰ ਕੀਤਾ ਹੋਇਆ ਮੈਂ ਇਸ ਦੀ ਗੱਲ ਕਰ ਰਿਹਾ ਸੀਗਾ ਅਤੇ ਮੈਂ ਵੀ ਤਾਂ ਹੀ ਅੱਜ ਔਰੇਂਜ ਕਲਰ ਦੀ ਪੱਗ ਬੰਨ੍ਹ ਕੇ ਆਇਆ ਮੈਂ ਕਿਹਾ ਕੋਈ ਗੱਲ ਨਹੀਂ ਆਪਣੇ ਕੋਲ ਵੀ ਔਰੇਂਜ ਕਲਰ ਦੀ ਪੱਗ ਹੈਗੀ ਹੈ ਅਤੇ ਆਪਾਂ ਔਰੇਂਜ ਕਲਰ ਦੀ ਪੱਗ ਬੰਨ੍ਹ ਕੇ ਹੀ ਜਾਵਾਂਗੇ ਅੱਜ ਐਂਡ ਮੈਂ ਬਹੁਤ ਚਿਰ ਬਾਅਦ ਪੱਗ ਬੰਨ੍ਹੀ ਹੈ ਇਹ ਮੇ ਵੀ ਸਾਲ ਹੀ ਹੋ ਗਿਆ ਹੁਣ ਇਹ ਪੱਗ ਮੈਂ ਕਦੀ ਕੱਢੀ ਨਹੀਂ ਦੁਬਾਰਾ ਹੁਣ ਮੈਂ ਵਾਪਸ ਯੂਨੀਵਰਸਿਟੀ ਦੇ ਵੱਲ ਨੂੰ ਜਾ ਰਿਹਾ ਹਾਂ ਕਲਾਸ ਲਾ ਲਈ ਹੈ ਥੋੜ੍ਹੀ ਜਿਹੀ ਜਿਹੜੀ ਰਹਿੰਦੀ ਆ ਐਂਡ ਇਹ ਡਾਊਨਟਾਊਨ ਬਰੈਂਪਟਨ ਦੀ ਤੁਸੀਂ ਨਾਈਟ ਲਾਈਫ ਦੇਖ ਸਕਦੇ ਆ ਵਧੀਆ ਆ ਠੀਕ ਆ ਸੋ ਹੁਣ ਮੈਂ ਕਲਾਸ ਲਾਉਣ ਜਾ ਰਿਹਾ ਹਾਂ ਐਂਡ ਕਲਾਸ ਲਾਉਣ ਤੋਂ ਬਾਅਦ ਮਿਲਦੇ ਹਾਂ ਫਿਰ ਬਸ ਉਸ ਤੋਂ ਬਾਅਦ ਆਪਾਂ ਸਬਵੇ ਤੋਂ ਕੁਛ ਖਾ ਪੀ ਕੇ ਫਿਰ ਆਪਾਂ ਸਿੱਧਾ ਘਰ ਲਈ ਜਾਣਾ ਆ ਅਤੇ ਇਸ ਜਗ੍ਹਾ 'ਤੇ ਘੁੰਮਦੇ ਨੂੰ ਹੁਣ ਮੈਨੂੰ ਪੂਰੇ 2 ਸਾਲਾਂ ਤੋਂ ਉੱਪਰ ਹੋ ਗਏ ਆ 2 ਸਾਲ ਯਾਨੀ ਕਿ 2019 ਦੇ ਸਤੰਬਰ 'ਚ ਸ਼ੁਰੂ ਕੀਤੀ ਸੀ ਪੜ੍ਹਾਈ ਐਂਡ 2021 ਦਾ ਹੁਣ ਨਵੰਬਰ ਸਟਾਰਟ ਹੋ ਗਿਆ ਜੀ ਅੱਜ ਐਂਡ ਆ ਪਿੱਛੇ ਆ ਜੀ ਰੋਜ਼ ਥੀਏਟਰ ਜਿਹੜਾ ਕਿ ਬਹੁਤ ਫੇਮਸ ਹੈ ਇਹ ਵੀ ਕਾਹਦੇ ਲਈ ਫੇਮਸ ਆ ਪਤਾ ਨਹੀਂ ਇਹਦੇ ਨਾਲ ਹੀ ਸਾਹਮਣੇ ਅਲਗੋਮਾ ਯੂਨੀਵਰਸਿਟੀ ਐਂਡ ਚਲੋ ਜੀ ਚਲੀਏ ਉੱਪਰ ਸਾਡੀ ਉੱਥੇ ਕਲਾਸ ਚੱਲ ਰਹੀ ਹੋਣੀ ਆ ਅਤੇ ਆਹ ਤੁਸੀਂ ਡਾਊਨਟਾਊਨ ਦੀ ਨਾਈਟ ਲਾਈਫ ਦੇਖ ਸਕਦੇ ਹੋ ਬਹੁਤ ਆ ਅੱਤ ਕੀ ਆ ਸੋਹਣਾ ਬਹੁਤ ਆ
ਛੋਟਾ ਜਿਹਾ ਆ ਬੜਾ ਵੱਡਾ ਨਹੀਂ ਆ ਐਂਡ ਸੋਹਣਾ ਆ ਮਤਲਬ ਇੱਦਾਂ ਲਾਈਟਾਂ ਲੁਈਟਾਂ ਵਧੀਆ ਜਗਾਈਆਂ ਹੁੰਦੀਆਂ ਇਹਨਾਂ ਨੇ ਸੋਹਣਾ ਕੀਤਾ ਪਿਆ ਸੋ ਹੁਣ ਆਪਾਂ ਕਲਾਸ ਲਾ ਕੇ ਫਿਰ ਤੁਹਾਨੂੰ ਮਿਲਦੇ ਹਾਂ ਸਾਰੇ ਜਾਣੇ ਨੂੰ ਹੁਣ ਤਾਂ ਰਟੇ ਪਏ ਆ ਆਨਸਰ ਅਤੇ ਆ ਗਿਆ ਜੀ ਆਪਣਾ ਐਂਡ ਆ ਚੱਕਿਆ ਆਪਾਂ ਸਕਰੀਨਸ਼ਾਟ ਆ ਗਿਆ ਜੀ ਆਪਣਾ ਸਟੂਡੈਂਟ ਕਾਰਡ ਸੋਰੀ ਐਕਸੈਸ ਕਾਰਡ ਆ ਇੱਥੇ ਸਕੈਨ ਇਹ ਖੋਲ੍ਹ ਦਿੰਦਾ ਆਪਣਾ ਡੋਰ ਹਾਂਜੀ ਜਨਾਬ ਜੀ ਕਿੱਦਾਂ ਹਾਲ ਚਾਲ ਵਧੀਆ ਜੀ ਹੋਰ ਠੀਕ ਠਾਕ ਅੱਜ ਕੀ ਚੱਕਰ ਬਾਈ ਹੋਇਆ ਨਹੀਂ ਸਕੈਨ ਉੱਧਰਲੇ ਗੇਟ 'ਤੇ ਹੁੰਦਾ ਓਕੇ ਓਕੇ ਇੱਧਰ ਬੰਦ ਕੀਤਾ ਸਟੂਡੈਂਟ ਲਈ ਹਾਂਜੀ ਠੀਕ ਹੈ ਜੀ ਹੋਰ ਠੀਕ ਠਾਕ ਮੈਂ ਕਿਹਾ ਅੱਜ ਵਲੋਗ ਬਣਾ ਲਈ ਅੱਜ ਤੁਹਾਨੂੰ ਦਿਖਾ ਦੇਣਾ ਆਪਾਂ ਥੈਂਕ ਯੂ चलो भाई मिलते हैं क्लास में ओके जी सो ये भाई अपने जी सिक्योरिटी गार्ड जानते एक उपर भाई दिखाऊंगा वो भी जानता अपन इंटरव्यू करती ਚੱਲਦੀ ਹੋਈ ਆ ਮੈਂ ਇੱਥੇ ਖੜਾ ਹਾਂ ਐਂਡ ਹੈ ਨਹੀਂ ਆਪਣੇ ਨੱਚਣ ਜਾਣ ਵਾਲੇ ਸੋ ਕਲਾਸ ਹੋ ਚੁੱਕੀ ਆ ਜੀ ਆਪਣੀ ਖਤਮ ਐਂਡ ਹੁਣ ਚੱਲੀਏ ਘਰ ਨੂੰ ਅਤੇ ਕੱਲ੍ਹ ਨੂੰ ਸਵੇਰੇ ਕੰਮ 'ਤੇ ਵੀ ਜਾਣਾ ਆ ਐਂਡ ਬੈਕ ਟੂ ਨੋਰਮਲ ਕੀ ਨੋਰਮਲ ਹੀ ਚੱਲ ਰਿਹਾ ਸਾਰਾ ਕੁਛ ਥੈਂਕ ਯੂ ਸੋ ਮਚ ਫੋਰ ਵਾਚਿੰਗ ਦਿਸ ਵੀਡੀਓ ਐਂਡ ਦਿਸ ਵਲੋਗ ਅਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ 30,000 ਹੋ ਜਾਣੇ ਆਪਣੇ 150 ਸਬਸਕ੍ਰਾਈਬਰ ਰਹਿ ਗਏ 150 ਸਬਸਕ੍ਰਾਈਬਰਸ ਮੋਰ ਟੂ ਗੋ ਫੋਰ 30,000 ਸਬਸਕ੍ਰਾਈਬਰਸ ਫਿਰ ਆਪਾਂ ਪਾਰਟੀ ਕਰਾਂਗੇ ਪਤਾ ਹੈ ਕਿੰਨੀ ਪਾਰਟੀ ਕਰਨੀ ਚਲੋ ਥੈਂਕ ਯੂ ਬਹੁਤ ਯਾਰ ਬਹੁਤ ਸਪੋਰਟ ਕਰਨ ਲਈ ਸਾਰੇ ਜਾਣੇ ਐਂਡ ਇੱਦਾਂ ਹੀ ਸਪੋਰਟ ਕਰਦੇ ਰਹੋ ਨਿਊ ਵਲੋਗਸ ਆਈ ਜਾਣਗੇ ਵੀਕਲੀ ਬਾਈ ਵੀਕਲੀ ਦੋ ਜਾਂ ਤਿੰਨ ਪੱਕੇ ਚਲੋ ਥੈਂਕ ਯੂ ਸੋ ਮਚ ਬਾਏ ਬਾਏ